No, no, yo. ¿Ya 2 meter? ਹਾਂਜੀ ਹਾਂਜੀ ਮੈਂ 1 ਮਿੰਟ ਰੁਕ ਜਾਂਦੇ ਜੀ 1 ਮਿੰਟ ਗਲਤ ਕਰ ਰਹੇ ਹੋ ਜੀ ਤੁਸੀਂ ਗਲਤ ਕਰ ਰਹੇ ਹੋ ਬਹੁਤ ਗਲਤ ਕਰ ਰਹੇ ਹੋ ਬਹੁਤ ਗਲਤ ਕਰ ਰਹੇ ਹੋ ਗਲਤ ਕਰ ਰਹੇ ਹੋ ਜੀ ਨੁਕਸਾਨ ਹੋਊਗਾ ਨੁਕਸਾਨ ਹੋਊਗਾ ਬਹੁਤ ਵੱਡਾ ਨੁਕਸਾਨ ਹੋਊਗਾ ਓਏ ਕਾਰ ਤੂੰ ਤੁਹਾਡੇ ਕਿੱਥੇ ਵੱਜੀ ਆਉਂ ਸੱਟ ਕਿੱਥੇ ਵੱਜੀ ਹੋਈ ਕੀ ਨਾਮ ਕੀ ਹੈ ਤੁਹਾਡਾ ਕੀ ਨਾਮ ਕੀ ਹੈ ਤੁਹਾਡਾ ਸੋਹਾ ਤੋਂ ਪਹਿਲਾਂ ਤਾਂ ਹਾਲਾਤ ਸਾਡੇ ਪਿੰਡ ਦੇ ਤਕਰੀਬਨ ਅੱਜ ਤੱਕ ਮਾੜੇ ਰਹੇ ਹੈ ਕੋਈ ਇਲੈਕਸ਼ਨ ਐਸੀ ਹੋਈ ਨਹੀਂ ਜਦੋਂ ਜਿਹੜਾ ਕੁਛ ਨਾਮ ਹੈ ਪਰ ਅਸੀਂ ਪ੍ਰਸ਼ਾਸਨ ਨੂੰ ਵੀ ਵਾਰੀ ਵਾਰੀ ਅਪੀਲਾਂ ਕਰਦੇ ਸੀ ਪਰ ਕੁਛ ਸੁਣਵਾਈ ਨਹੀਂ ਉਸ ਟਾਈਮ ਬਾਅਦ ਮੈਨੂੰ ਬ੍ਰਦਰ ਗਏ ਇਹਨਾਂ ਨੂੰ ਉੱਥੇ ਹੀ ਬਾਥਰੂਮ ਕੋਲੇ ਸੁੱਟ ਲਏ ਮੈਨੂੰ 5-7 ਮਿੰਟ ਬਾਅਦ ਮੈਨੂੰ ਪਤਾ ਲੱਗਿਆ ਵੀ ਆਹ ਗੱਲ ਹੋ ਗਈ ਹੈ ਜਦੋਂ ਮੈਂ ਭੱਜ ਕੇ ਗਿਆ ਪ੍ਰੋਪਰ ਮੇਰੇ ਵੀ ਮਾਰੀਆਂ ਗਈਆਂ ਕੱਪੜੇ ਦੇ ਗਲਾਸ ਨੂੰ ਦਿੱਤੇ ਜੀ ਕਿੰਨੇ ਕੁ ਵਜੇ ਦਾ ਟਾਈਮ ਸੀ 10:30 ਦਾ ਟਾਈਮ ਕਿੰਨੇ ਜਾਣੇ ਸੀ ਕਿੰਨੇ ਜਾਣੇ ਸੀ 10-15 ਜਾਣੇ ਸੀ ਨਾ ਯਾਰ ਆਈਡੀ ਲਈ ਤਿੰਨ ਚਾਰ ਪਿੰਡ ਸਾਡੇ ਜ਼ਿਆਦਾ ਸੈਂਸਿਟਿਵ ਸੀਗੇ ਜਿਨ੍ਹਾਂ ਨੂੰ ਅਸੀਂ 2 ਮਹੀਨੇ ਹੋ ਗਏ ਸਾਰੇ ਇਲੈਕਸ਼ਨ ਕਮਿਸ਼ਨ ਨੂੰ ਦਿੱਲੀ ਵੀ ਪੰਜਾਬ ਵੀ DC ਵੀ SSP ਵੀ ਸਭ ਨੂੰ ਲਿਖ ਕੇ ਦੇਤਾ ਸੀ
ਜਿਹੜਾ ਹੁਣ ਓਬਜ਼ਰਵਰ ਆਇਆ ਉਹਨੂੰ ਵੀ ਦੇ ਤਾ ਸੀ ਸਾਰਾ, ਦੱਸਤਾ ਸੀ ਫੋਨ ਕਰਕੇ ਕਿ ਸਾਡੇ ਆ ਤਿੰਨ ਪਿੰਡਾਂ ਦਾ ਜ਼ਿਆਦਾ ਸਾਨੂੰ ਪ੍ਰੋਬਲਮ ਹੈ। ਉਹ ਕਹਿੰਦੇ ਬੇਫਿਕਰ ਹੋ ਜੀ, ਸੈਂਸਿਟਿਵ ਡਿਕਲੇਅਰ ਕਰਤੇ, ਇੱਥੇ ਸਾਰਾ ਕੁਝ ਸਾਡੇ ਇੰਤਜ਼ਾਮ ਮੁਕੰਮਲ ਨੇ। ਅੱਜ ਤੜਕੇ 2-3 ਘੰਟੇ ਤਾਂ ਪੋਲਿੰਗ ਹੋਏਗੀ ਵਧੀਆ। ਜਦੋਂ ਉਹਨਾਂ ਨੂੰ ਲੱਗਿਆ ਕਿ ਸਾਡੇ ਆਸ ਦੇ ਮੁਤਾਬਕ ਵੋਟਾਂ ਅਕਾਲੀ ਦਲ ਨੂੰ ਜ਼ਿਆਦਾ ਪੈ ਰਹੀਆਂ ਨੇ, ਅਤੇ ਉਹਨਾਂ ਨੇ ਫਿਰ ਸਾਡੇ ਦੋਨੇ ਏਜੰਟ ਜਿਹੜੇ ਸੀ ਉਹਨਾਂ ਨੂੰ ਕੁੱਟ ਕੇ ਪੂਰਾ ਸਿਰ ਪਾੜ ਕੇ ਕਮਰੇ ਦੇ ਵਿੱਚ ਬੰਦ ਕਰਤਾ, ਹਸਪਤਾਲ 'ਚ ਹੈਗੇ ਤੁਸੀਂ ਦੇਖ ਲਓ, ਅਤੇ ਕੁੰਡਾ ਲਾ ਕੇ ਅਤੇ ਪੋਲਿੰਗ 'ਤੇ ਆਪੇ ਮੋਹਰਾਂ ਲਾ ਕੇ ਵੋਟਾਂ ਪਾਉਣ ਲੱਗ ਗਏ। ਫਿਰ ਮੈਨੂੰ ਪਿੰਡੋਂ ਉਹਨਾਂ ਨੇ ਫੋਨ ਕੀਤਾ ਜੀ ਸਾਡੇ ਤਾਂ ਹਾਲਤ ਹੋ ਗਈ ਹੈ ਜ਼ਿਆਦਾ, ਅਸੀਂ ਥੋੜ੍ਹੇ ਹਾਂ ਅਤੇ ਤੁਸੀਂ ਆਓ, ਸਾਡੇ ਬੰਦੇ ਵੀ ਅੰਦਰ ਜ਼ਖਮੀ ਆ, ਉਹਨਾਂ ਨੂੰ ਲਿਜਾਣ ਨਹੀਂ ਦਿੰਦੇ ਹਸਪਤਾਲ। ਅਤੇ ਮੈਂ ਜਦੋਂ ਆ ਕੇ ਫਿਰ ਉੱਥੇ ਹਸਪਤਾਲ ਦੇ ਮੈਂ ਆ ਕੇ ਜਦੋਂ ਕਮਰੇ ਦੇ ਵਿੱਚੋਂ ਕੱਢੇ ਜੀ ਉਹ ਦੋਨੇ ਬੰਦੇ ਜ਼ਖਮੀ ਜਿਹੜੇ ਕਮਰੇ ਦੇ ਵਿੱਚੋਂ ਕੱਢੇ, ਕਮਰੇ 'ਚੋਂ ਕੱਢ ਕੇ ਅਤੇ ਜਦੋਂ ਮੈਂ ਲੈ ਕੇ ਆਉਣ ਲੱਗਿਆ ਇੱਧਰ ਨੂੰ, ਮੇਰੀ ਗੱਡੀ 'ਤੇ ਵੀ ਹਮਲਾ ਕਰਤਾ, ਗੱਡੀ ਤੁਸੀਂ ਵੇਖ ਲਓ ਖੜ੍ਹੀ ਹੈ ਬਾਹਰ, ਸ਼ੀਸਾ ਜਮ੍ਹਾਂ ਚੱਕਰਾਂ ਚੂਰ ਹੋ ਗਿਆ, ਉਹ ਤਾਂ ਸ਼ੀਸਾ ਹੀ ਬਾਹਲਾ ਤਕੜਾ ਸੀ, ਵਿੱਚ ਫਿਸ ਕੇ ਡਿੱਗਿਆ ਨਹੀਂ। ਅਤੇ ਉੱਥੋਂ ਫਿਰ ਉੱਥੇ DSP ਆ ਗਿਆ ਸੀ, ਇਹਨੇ ਰੌਲਾ ਬਹੁਤ ਪਈ ਗਿਆ, ਹੋਰ ਬੰਦੇ ਵੀ ਆ ਗਏ, ਅਤੇ ਉਦੋਂ ਬਾਅਦ ਫਿਰ DSP ਨੂੰ ਵੀ ਅਸੀਂ ਸਾਰਾ ਕੁਝ ਦਿਖਾਤਾ ਸੀ ਵੀ ਆਹ ਹੋਇਆ ਇੱਥੇ। ਪੁਲਿਸ ਵਾਲਿਆਂ ਨੇ ਪੁੱਛਿਆ ਵੀ ਤੁਸੀਂ ਇਹ ਕੀ ਕਹਿੰਦੇ ਜੀ, ਬਾਹਲੇ ਬੰਦੇ ਸੀ ਤਾਂ ਭੱਜ ਕੇ ਡਰਦੇ, 3 ਕੁ ਬੰਦੇ ਸੀਗੇ ਪੰਜਾਬ ਪੁਲਿਸ ਦੇ, ਹੋਰ ਕੋਈ ਹੈ ਨਹੀਂ ਸੀ ਉੱਥੇ, ਬਾਹਰਲਾ ਕੋਈ ਬੰਦਾ ਨਹੀਂ ਸੀ, ਆਖਿਆ ਸੀ ਬਾਹਰਲੀ ਪੁਲਿਸ ਲਾਉਣ ਨੂੰ। ਅਤੇ ਉਦੋਂ ਬਾਅਦ ਓਬਜ਼ਰਵਰ ਸਾਨੂੰ ਰਸਤੇ 'ਚ ਮਿਲ ਗਿਆ ਸੀ ਆਉਂਦਿਆਂ ਨੂੰ ਭਾਈ ਰੂਪੇ ਕੋਲ, ਅਸੀਂ ਉਹਨੂੰ ਵੀ ਸਾਰਾ ਕੁਝ ਦਿਖਾਤਾ, ਉਹ ਵੀ ਕਹਿੰਦੇ ਸੀ ਮੈਂ ਜਾਣਾ ਕਾਂਗੜ ਪਿੰਡ, ਹੁਣ ਉਹਨਾਂ ਤਾਂ ਮੁਕੰਮਲ ਕਬਜ਼ਾ ਪੋਲਿੰਗ 'ਤੇ, ਅਸੀਂ ਚਾਹੁੰਦੇ ਹਾਂ ਇਹਦਾ ਫਾਇਦਾ ਨਹੀਂ, ਜਿਹੜੇ ਦੋਸ਼ੀ ਉਹਨਾਂ 'ਤੇ ਕਾਰਵਾਈ ਹੋਵੇ ਸਾਰਾ ਹਮਲਾ ਕਰਨ ਦੀ, ਬਾਕੀ ਨਾਲ ਜਿਹੜੇ ਹੈਗੇ ਉਹ ਰੀਪੋਲਿੰਗ ਹੋਣੀ ਚਾਹੀਦੀ ਉੱਥੇ। ਉਹ ਤਾਂ ਮਾਓ ਸੀ ਜੀ, ਗੰਡਾਸੇ ਟੰਬੇ ਸਭ ਕੁਛ ਉਹਨੇ ਹੱਥ 'ਚ, ਉਹ ਤਾਂ ਮੈਨੂੰ ਪਤਾ ਹੋਣੇ 50-60 ਬੰਦੇ ਘੱਟੋ ਘੱਟ ਜੀ, ਬਾਕੀ ਜ਼ਿਆਦਾ ਵੀ ਹੋ ਸਕਦੇ ਨੇ ਮੈਨੂੰ ਲੱਗਦਾ। ਹਾਂ, ਅਗਲਾ ਕਦਮ ਤਾਂ ਅਸੀਂ ਵੇਖਦੇ ਹਾਂ ਕੀ ਕਰਦੀ ਹੈ ਸਰਕਾਰ। ਅਸੀਂ ਪਹਿਲਾਂ ਤਾਂ ਜ਼ਖਮੀਆਂ ਦਾ ਇਲਾਜ ਕਰਾਉਂਦੇ, ਫਿਰ ਉਹਨਾਂ 'ਤੇ ਪਰਚਾ ਦਰਜ ਕਰਾਉਂਦੇ ਹਾਂ, ਅਤੇ ਅਸੀਂ ਕਹਿੰਦੇ ਰੀਪੋਲਿੰਗ ਕਰੋ, ਨਹੀਂ ਕਰਨੀ ਤਾਂ ਫਿਰ ਵੇਖਾਂ ਕੀ ਕਰਦੇ। ਦੋਨੇ ਪੋਲਿੰਗ ਏਜੰਟ ਜੀ, ਦੋਨੇ ਪੋਲਿੰਗ, ਇੱਕ ਦਾ ਨਾਂ ਸਰਬਜੀਤ ਹੈ, ਇੱਕ ਦਾ ਨਾਂ ਪਰਮਜੀਤ ਹੈ। ਪਰਮਜੀਤ ਮੈਂ ਥੱਲੇ ਬਹਿ ਗਿਆ, ਅਸਲਾ ਵੀ ਸਿੱਖੋ ਉਹਨਾਂ ਦੇ, ਕਿਰਪਾਲਤਾ ਸੀ, ਰਾੜਾ ਸੀ, ਬਸ ਤਿੰਨ ਬੰਦਿਆਂ ਤੋਂ ਪਛਾੜਦਾ, ਬਾਕੀ 35-40 ਬੰਦੇ ਸੀ ਉਹਨਾਂ ਨੂੰ ਮੈਂ ਨਹੀਂ ਪਛਾੜਦਾ, ਅੱਗੇ ਆਏ ਤੂੰ ਪਛਾੜ ਲਓ, ਮੇਰੇ ਸਾਹਮਣੇ ਆ ਗਏ ਤਾਂ ਬਸ ਫਿਰ ਮਾਰਨ ਲੱਗ ਗਏ, ਫੈਰ ਵੀ ਮਾਰੇ ਉਹਨਾਂ ਨੇ, ਅਤੇ ਰਾੜਾ ਮਾਰਿਆ, ਪਤਾ ਨਹੀਂ ਲੱਗਿਆ ਕਿੱਥੇ ਮਾਰ ਕਿੱਥੇ ਨਹੀਂ ਮਾਰ ਗਏ। ਹੁਣ ਪੋਲਿੰਗ ਬੂਥ 'ਤੇ ਕਬਜ਼ਾ ਉਹਨਾਂ ਦਾ? ਹਾਂ, ਕਬਜ਼ਾ ਹੀ ਹੁਣ ਉਹਨਾਂ ਦਾ। ਬੰਦੇ ਕੌਣ ਸੀ ਤੁਸੀਂ ਜਾਣਦੇ ਉਹਨਾਂ ਨੂੰ? ਹਾਂ, ਤਿੰਨ ਬੰਦੇ ਨੇ ਪਛਾਣਦਾ, ਕਿਤਾ ਗੋਰਾ ਸੀ, ਇੱਕ ਰਾਜੂ ਸੀ, ਇੱਕ ਕਾਲਾ ਸੀ। ਕਿਹੜੀ ਪਾਰਟੀ ਨਾਲ ਸੰਬੰਧਿਤ? ਉਹ ਕਾਂਗਰਸ ਦਾ ਸੰਬੰਧ ਦਾ, ਮੈਂ ਅਕਾਲੀ ਦਲ ਦਾ ਸੀ, ਉਹਨੇ ਲਾਕਾ ਮਾਰਿਆ ਅਕਾਲੀ ਦਲ ਦਾ, ਹੁਣ ਫਿਰ ਬਣਾਉਣੇ ਇੱਧਰ ਪਛਾਣਦਾ ਤੈਨੂੰ ਅਕਾਲੀ ਦਲ ਦਾ। ਉਸ ਤੋਂ ਬਾਅਦ ਤੁਹਾਡੇ 'ਤੇ ਸਿੱਧਾ ਹਮਲਾ ਕਰਤਾ? ਸਿੱਧਾ ਹਮਲਾ ਕਰਿਆ, ਫੈਰ ਵੀ ਮਾਰੇ ਉਹਨਾਂ ਨੇ, ਮੈਂ ਬਹਿ ਗਿਆ ਥੱਲੇ, ਫਿਰ ਰਾੜਾ ਨਾਲ ਕਿਰਪਾਨਾਂ ਨਾਲ ਹੋਟਲ ਲਾ ਕੇ ਕਾਂਗੜ ਦੀ ਸ਼ਹਿਰ 'ਤੇ ਹੋਇਆ ਸਾਡੇ ਕੈਬ ਤੋਂ ਮੰਤਰੀ ਗੁਰਪ੍ਰੀਤ ਕਾਂਗੜ ਸ਼ਹਿਰ 'ਤੇ। ਕਾਂਗੜ ਸੀਗਾ ਉੱਥੇ? ਕਾਂਗੜ ਤੋਂ ਪਹਿਲਾਂ 10-15 ਮਿੰਟ ਪਹਿਲਾਂ ਵੋਟ ਪਾ ਕੇ ਗਿਆ ਤਾਂ 25 ਮਿੰਟ ਪਹਿਲਾਂ। ਕਿੰਨੇ ਕੁ ਵਜੇ ਦੀ ਘਟਨਾ ਇਹ? ਲਗਭਗ 10 ਵਜੇ।